ਐਡਵੋਕੇਟ ਅੰਗਰੇਜ਼ ਸਿੰਘ ਨੂੰ ਮਾਰ ਰਿਹਾ ਜੀ, ਗੁੰਡੇ ਆਇਆ। ਆਹ ਗੱਡੀ ਹੈ PB61D00062 ਜੀ। ਮੈਂ ਇੱਥੇ ਫਾਜ਼ਿਲਕਾ ਚੋਂ ਵਕਾਲਤ ਕਰਦਾ ਹਾਂ। ਇੱਥੇ ਰੋਜ਼ ਦੀ ਤਰ੍ਹਾਂ ਜਿਵੇਂ ਸਵੇਰੇ ਆ ਰਿਹਾ ਸੀ ਮੋਟਰਸਾਈਕਲ 'ਤੇ, ਅਤੇ ਕਬੂਲ ਸ਼ਾਹ ਚੌਂਕ ਕੋਲ ਮਗਰੋਂ ਕੁਛ ਦੋ ਗੱਡੀਆਂ ਸੀਗੀਆਂ ਜੀ ਇਹਨਾਂ ਦੀਆਂ, ਜਿਹੜੇ ਦੋਸ਼ੀ ਹੈਗੇ ਨੇ ਇਹ ਸੀਗੇ। ਤਿੰਨ ਚਾਰ ਜਿਹਨਾਂ ਨਾਮ ਮੈਨੂੰ ਪਤਾ, ਕੋਈ ਪੰਜ ਛੇ ਹੋਰ ਨਾਮ ਉਹਨੂੰ ਸੀ, ਉਹਨਾਂ ਦਾ ਮੈਨੂੰ ਨਹੀਂ ਪਤਾ। ਇਹ ਮਗਰੋਂ ਆਏ, ਸਾਡਾ ਮੋਟਰਸਾਈਕਲ ਰੋਕ ਕੇ ਇਹਨਾਂ ਨੇ ਕੁੱਟਮਾਰ ਸ਼ੁਰੂ ਕਰਤੀ ਸਾਡੇ ਨਾਲ। ਕੁੱਟਮਾਰ ਕਰਨ ਤੋਂ ਬਾਅਦ ਇਹਨਾਂ ਨੇ ਜੀ ਜਾਨੋ ਮਾਰਨ ਦੀ ਨੀਤ ਨਾਲ ਮੈਨੂੰ ਚੁੱਕ ਕੇ ਗੱਡੀ 'ਚ ਪਾਇਆ। ਗੱਡੀ 'ਚ ਪਾ ਕੇ ਮੈਨੂੰ ਪਤਾ ਨਹੀਂ ਕਿੱਥੇ ਅਨਨਾਊਨ ਥਾਂ 'ਤੇ ਲਿਜਾਣ ਲੱਗੇ। ਨਾਲੇ ਇਹਨਾਂ ਨੇ ਮੈਨੂੰ ਬਹੁਤ ਜਿਹੜੀਆਂ ਸੱਟਾਂ ਮਾਰੀਆਂ। ਗੱਡੀ 'ਚ ਵੀ ਮੈਨੂੰ ਆ ਜਿਹੜਾ ਪਿਸਤਲ ਵਿਖਾਇਆ, ਕਹਿੰਦੇ ਇਹਨੂੰ ਅੱਜ ਜਾਨੋ ਮਾਰ ਦੇਣਾ ਆ, ਜਾਨੋ ਮਾਰ ਦੇਣਾ, ਜਾਨੋ ਮਾਰ ਕੇ ਨਹਿਰ ਨੂਹਰ ਸੁੱਟ ਦਿਆਂਗੇ, ਅਤੇ ਉਦੋਂ ਬਾਅਦ ਇਹਦਾ ਪਤਾ ਵੀ ਨਹੀਂ ਲੱਗਣਾ, ਲਾਸ਼ ਵੀ ਨਹੀਂ ਲੱਭਣ ਦੇਣੀ ਇਹਦੀ। ਅਤੇ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਵੀਡੀਓ ਵਾਇਰਲ ਹੋ ਗਈ ਹੈ, ਫਿਰ ਇਹਨਾਂ ਨੇ ਆਪਦੇ ਆਪ ਨੂੰ ਬਚਾਉਣ ਦੀ ਖਾਤਰ ਇਹ ਥਾਣੇ ਵੱਲ ਨੂੰ ਗੱਡੀ ਲੈ ਗਿਆ, ਜਿੱਥੇ ਥਾਣੇ 'ਚ ਮੈਨੂੰ ਛੱਡ ਕੇ ਅਤੇ ਆਪ ਚਲੇ ਗਏ ਸੀਗੇ। ਵਜ੍ਹਾ ਰੰਜਸ ਦੇਖੋ ਜੀ, ਅਸੀਂ ਡੇਲੀ ਆਉਂਦੇ ਹਾਂ ਜੀ, 8:45 ਟਾਈਮ 'ਤੇ ਬੱਸ ਚੱਲਦੀ ਉੱਥੋਂ ਨਹਿਰ ਤੋਂ ਜੀ, ਅਤੇ ਫਾਜ਼ਿਲਕਾ ਆਉਣਾ ਹੁੰਦਾ, ਅਸੀਂ 10 ਵਜੇ 'ਤੇ ਪਹੁੰਚਣਾ ਹੁੰਦਾ ਜੀ। ਅਤੇ ਕੀ ਕਰਦੇ ਆ ਇਹਨਾਂ ਵਿੱਚੋਂ ਜੇ ਟਾਈਮ ਮਿਸ ਕਰ ਦਿੰਦੇ 8:45 ਵਾਲਾ, ਅਤੇ ਅੱਜ ਉਹੀ ਅਸੀਂ ਉਹਨੂੰ ਡਰਾਈਵਰ ਸਾਹਿਬ ਨਾਲ ਅਸੀਂ ਗੱਲ ਕਰ ਰਹੇ ਸੀ ਵੀ ਆ ਤੁਸੀਂ ਅੱਜ 8:45 ਵਾਲਾ ਟਾਈਮ ਮਿਸ ਕਰਤਾ ਆ, ਅਤੇ ਤੁਸੀਂ ਰੋਜ਼ ਰੋਜ਼ ਦਾ ਤੁਹਾਡਾ ਜਿਹੜਾ ਰੋਜ਼ 8:45 ਵਾਲਾ ਟਾਈਮ ਮਿਸ ਨਾ ਕਰਿਆ ਕਰੋ, ਰੈਗੂਲਰ ਟਾਈਮ ਲਾਇਆ ਕਰੋ। ਅਤੇ ਉੱਥੇ ਜਿਹੜਾ ਡਰਾਈਵਰ ਜਿਹੜਾ ਉਹ ਵੀ ਸਾਡੇ ਨਾਲ ਮੇਰੇ ਨਾਲ ਮਾੜੀ ਸ਼ਬਦਾਵਲੀ ਵਰਤ ਕੇ ਮੇਰੇ ਉੱਤੇ ਬੱਸ ਚੜਾਉਣ ਲੱਗਿਆ ਸੀ ਉਦੋਂ ਵੀ। ਅਤੇ ਉਦੋਂ ਬਾਅਦ ਅਸੀਂ ਜਿਹੜਾ ਹੈ ਆਪਦਾ ਮੋਟਰਸਾਈਕਲ ਚੁੱਕ ਕੇ ਅਤੇ ਅਸੀਂ ਫਾਜ਼ਿਲਕਾ ਆਉਣ ਲੱਗੇ ਸੀ, ਅਤੇ ਨਾਲੇ ਆਪਣੇ ਥਾਣੇ 'ਚ ਅਸੀਂ ਰਿਪੋਰਟ ਲਿਖਾਵਾਂਗੇ। ਅਤੇ ਰਸਤੇ 'ਚ ਸਾਨੂੰ ਜਿਹੜਾ ਇਹਨਾਂ ਨੇ ਘੇਰ ਕੇ ਕੁੱਟਮਾਰ ਜਿਹੜੀ ਕੀਤੀ ਹੈ ਜੀ। ਸਿਰਫ ਉੱਥੇ ਸਵਾਰੀਆਂ ਖੜੀਆਂ ਸੀਗੀਆਂ ਜੀ, 8-10 ਅਸੀਂ ਨਾਲ ਜ਼ਰੂਰ ਖੜੇ ਸੀਗੇ, ਕਿਉਂਕਿ ਜੀ ਇਹਨਾਂ ਦਾ ਰੋਜ਼ ਦਾ ਕੰਮ ਹੈਗਾ ਜੀ, ਜਿਹੜਾ ਟਾਈਮ ਮਿਸ ਕਰ ਦਿੰਦੇ ਨੇ ਜੀ, ਅਤੇ ਅਸੀਂ ਵੀ ਉਹਦੀ ਚਪੇਟ 'ਚ ਆਉਂਦੇ ਹਾਂ। ਸਟੂਡੈਂਟ ਵੀ ਹੁੰਦੇ ਨੇ, ਉਹ ਵੀ ਉਹਦੀ ਚਪੇਟ 'ਚ ਆਉਂਦੇ ਨੇ ਜੀ, ਕਿਉਂਕਿ ਸਟੂਡੈਂਟ ਦੇ ਐਗਜ਼ਾਮ ਨੇ, ਐਗਜ਼ਾਮ ਮਿਸ ਹੋ ਜਾਂਦੇ ਨੇ। ਅਸੀਂ ਇੱਥੇ 10 ਵਜੇ ਪਹੁੰਚਣਾ ਹੁੰਦਾ ਕੋਰਟ 'ਚ, ਸਾਡਾ ਵੀ ਜਿਹੜਾ ਹੈ ਉਹ ਸਾਰਾ ਜਿਹੜਾ ਕੋਰਟ 'ਚ ਹਾਜ਼ਰੀਆਂ ਲਾਉਣੀਆਂ, 10 ਵਜੇ ਤੋਂ ਬਾਅਦ ਸਾਡਾ ਸਟਾਰਟ ਕੰਮ ਹੋ ਜਾਂਦਾ ਆ, ਅਤੇ ਬੇਲਾਂ ਬੁੱਲਾਂ ਆਉਂਦੀਆਂ, ਸਾਰਾ ਸਾਡਾ ਕੰਮ ਜਿਹੜਾ 10 ਵਜੇ ਤੋਂ ਬਾਅਦ ਤਾਂ ਮਤਲਬ ਵੀ ਕੰਮ ਖਰਾਬ ਹੋ ਜਾਂਦਾ ਬਾਅਦ 'ਚ। ਅੱਗੇ ਜਿਹੜੀ ਉਹਨਾਂ ਦੀ ਗ੍ਰਿਫਤਾਰ ਵੀ ਕੀਤੀ ਜਾਵੇ ਜੀ, ਅਰੈਸਟ ਹੋਣ ਜਲਦ ਤੋਂ ਜਲਦ, ਤਾਂ ਹੀ ਸੰਤੁਸ਼ਟ ਹੋਵਾਂਗੇ ਜੀ। ਬਾਕੀ ਸਾਨੂੰ ਤਾਂ ਜਾਣ ਦੀ ਮਨੀਤ ਨਾਲ ਇਹਨਾਂ ਨੇ ਜਿਹੜਾ ਸਾਨੂੰ ਮੈਨੂੰ ਕਿਡਨੈਪ ਵੀ ਕੀਤਾ ਸੀ, ਜੇ ਨਾ ਵੀਡੀਓ ਵਾਇਰਲ ਹੁੰਦੀ ਤਾਂ ਮੈਨੂੰ ਤਾਂ ਇਹਨਾਂ ਨੇ ਮਾਰ ਵੀ ਦੇਣਾ ਸੀਗਾ। ਮੇਰੇ ਨਾਲ ਇੱਕ ਮੰਗਤ ਸਿੰਘ ਜੀ ਹੈ, ਉਹ ਵੀ ਵਕੀਲ ਹੈਗੇ ਨੇ, ਅਤੇ ਇੱਕ ਅਮਰ ਸਿੰਘ ਵਾਰਵਲ ਜੀ ਨੇ, ਉਹ ਵੀ ਵਕੀਲ ਹੈਗੇ ਨੇ ਜੀ। ਅੱਜ ਟਾਈਮ ਮਿਸ ਸੀਗਾ, ਅਸੀਂ ਤਾਂ ਕਰਕੇ 3 ਜਣੇ ਇੱਕੋ ਮੋਟਰਸਾਈਕਲ 'ਤੇ ਆ ਰਹੇ ਸੀਗੇ ਜੀ। ਮੰਗ ਜੀ, ਇਹਨਾਂ ਦਾ ਜਿਹੜੇ ਦੋਸ਼ੀ ਹੈਗੇ ਨੇ ਇਹਨਾਂ 'ਤੇ ਕਾਰਵਾਈ ਕਰਕੇ, ਅਤੇ ਇਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ, ਕਿਉਂਕਿ ਜਿਹੜੇ ਨੈਕਸਟ ਟਾਈਮ ਵੀ ਅਸੀਂ ਜਿਹੜੇ ਹੈ ਆਉਣਾ ਜਾਣਾ ਹੁੰਦਾ, ਸਾਨੂੰ ਹੋਰ ਵੀ ਮਤਲਬ ਦੁਬਾਰਾ ਵੀ ਅਟੈਕ ਕਰ ਸਕਦੇ। ਨਾਲੇ ਸਰ ਇਹਨਾਂ ਨੂੰ 307 ਦੀ ਜਿਹੜੀ ਹੈਗਾ ਆਪਣੇ IPC ਦਾ ਵਾਧਾ ਕੀਤਾ ਜਾਵੇ, ਕਿਉਂਕਿ ਇਹਨਾਂ ਨੇ ਜਾਨੋਂ ਮਾਰਨ ਦੀ ਨੀਤ ਨਾਲ ਮੇਰੇ 'ਤੇ ਹਮਲਾ ਕੀਤਾ ਜੀ। ਮੇਰੇ ਸਿਰ 'ਤੇ ਸੱਟਾਂ ਹੀ ਮਾਰੀਆਂ, ਅਤੇ ਮੇਰੇ 'ਤੇ ਪਿਸਟਲ ਵੀ ਰੱਖਿਆ ਜੀ ਇਹਨਾਂ ਨੇ, ਪਿਸਟਲ ਦੇ ਰੱਖ ਕੇ, ਅਤੇ ਮੈਨੂੰ ਜਿਹੜਾ ਜਾਨੋਂ ਮਾਰਨ ਦੀ ਨੀਤ ਨਾਲ ਇਹਨਾਂ ਨੇ ਗੱਡੀ 'ਚ ਮੈਨੂੰ ਬਹੁਤ ਕੁੱਟਮਾਰ ਕੀਤੀ ਜੀ, ਜਦੋਂ ਕਿਡਨੈਪ ਕਰਕੇ ਲੈ ਗਏ ਸੀਗੇ ਜੀ। ਦੇਖੋ, ਬੜੀ ਮਾੜੀ ਗੱਲ ਹੈ, ਸਾਡੇ ਵਕੀਲ ਸਾਹਿਬ ਅੰਗਰੇਜ਼ ਜੀ ਜਿਨ੍ਹਾਂ 'ਤੇ ਕੁਝ ਲੋਕਾਂ ਨੇ ਇਹਨਾਂ ਨੂੰ ਮਾਰਕੁੱਟ ਕੀਤੀ ਔਰ ਫਿਰ ਗੱਡੀ ਦੇ ਵਿੱਚ ਜ਼ਬਰਦਸਤੀ ਬਿਠਾ ਕੇ ਲੈ ਗਏ, ਔਰ ਉਹਨਾਂ ਦੇ ਸੱਟਾਂ ਵੀ ਵੱਜੀਆਂ ਨੇ, ਦਾਖਲ ਨੇ, ਔਰ ਮੈਂ ਇਹਨਾਂ ਦਾ ਅੱਜ ਇੱਥੇ ਪਤਾ ਲੈਣ ਲਈ ਆਇਆ, ਔਰ ਸਾਰੇ ਜਿਹੜੇ ਸਾਡੇ ਵਕੀਲ ਭਾਈਚਾਰੇ ਦੇ ਸਾਰੇ ਵਕੀਲ ਸਾਹਿਬਾਨ ਨੇ ਉਹ ਵੀ ਇੱਥੇ ਮੌਜੂਦ ਨੇ, ਔਰ ਹੌਸਲਾ ਦਿੱਤਾ ਇਹਨਾਂ ਨੂੰ ਜਿਨ੍ਹਾਂ ਨੇ ਵੀ ਇਹ ਗਲਤ ਹਰਕਤ ਕੀਤੀ ਹੈ, ਜੋ ਇਹਨਾਂ ਨਾਲ ਮਾਰਕੁੱਟ ਕੀਤੀ ਹੈ, ਉਸ ਤੋਂ ਬਾਅਦ ਕਿਡਨੈਪਿੰਗ ਕਰਨ ਦੀ ਜੋ ਵੀ ਕੋਸ਼ਿਸ਼ ਕੀਤੀ, ਕੋਈ ਵੀ ਨੇ, ਚਾਹੇ ਉਹ ਜਿੱਡੇ ਮਰਜ਼ੀ ਕੋਈ ਕਿਸੇ ਵੀ ਮੈਂ ਕਹਿੰਦਾ ਕੋਈ ਵੱਡੇ ਹੋਣ, ਕਿੱਡੇ ਵੀ ਕੋਈ ਮੈਂ ਕਹਿੰਦਾ ਵੱਡੇ ਵਪਾਰੀ ਹੋਣ,
ਕਿਸੇ ਨੂੰ ਬਿਲਕੁਲ ਨਜਾਇਜ਼ ਕਿਸੇ ਨਾਲ ਕਰਨ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਹੈ। ਜਿਨ੍ਹਾਂ ਨੇ ਵੀ ਇਹ ਗਲਤ ਕੀਤਾ ਉਹਨਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ ਔਰ ਇਹ ਮੈਸੇਜ ਦਿੱਤਾ ਜਾਊਗਾ ਕਿ ਅੱਗੇ ਤੋਂ ਇਹੋ ਜਿਹਾ ਕਰਨ ਬਾਰੇ ਕੋਈ ਸੋਚੇ ਵੀ ਨਾ ਔਰ ਸਖ਼ਤ ਤੋਂ ਸਖ਼ਤ ਜਿਹੜੀ ਹੈ ਉਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ। ਉਸ ਮਾਮਲੇ ਦੇ ਪਹਿਲਾਂ ਤਾਂ ਗੱਲ ਹੈ ਜੀ, ਜਿਹੜਾ ਵੀ ਸਾਰਾ ਕੰਮ ਹੋਇਆ ਬਹੁਤ ਗਲਤ ਹੋਇਆ ਜੀ। ਉਸ ਬਾਬਤ ਅਸੀਂ ਪੁਲਿਸ ਨੂੰ ਬਿਆਨ ਦੇ ਤੇ ਸੀ ਜੀ। ਬਿਆਨ ਦੇਣ ਤੋਂ ਬਾਅਦ ਪੁਲਿਸ ਨੇ FIR ਕੱਟਤੀ ਜੀ। FIR ਦੇ ਤੁਹਾਨੂੰ ਧਾਰਾਵਾਂ ਦੱਸ ਦਿੰਦੇ ਜੀ, ਕਿਹੜੀ ਕਿਹੜੀ ਲੱਗੀ ਹੈ ਜੀ। 365, 379, 20, 343, 323, 148, 149 IPC ਤੇ 25 ਤੇ 27 ਆਰਮਸ ਐਕਟ ਲੱਗੀਆਂ ਨੇ ਜੀ। ਕੁਛ ਧਾਰਾਵਾਂ ਜਿਵੇਂ 307 ਨਹੀਂ ਲੱਗੀ ਜੀ, ਉਹਦੇ ਵਾਧੇ ਵਾਸਤੇ ਅਸੀਂ ਪੁਲਿਸ ਨੂੰ ਦਰਖਾਸਤ ਦੇਵਾਂਗੇ ਜੀ, ਤਾਂ ਕਿ ਪੁਲਿਸ ਉਸ 'ਤੇ ਵਾਧਾ ਕੀਤਾ ਜਾਵੇ ਜੀ। ਇਹਦਾ ਕਾਰਨ ਕੁਛ ਨਹੀਂ ਸੀ ਜੀ, ਉਹਨਾਂ ਨੇ ਬੱਸ ਵਾਸਤੇ ਬੱਸ ਰੋਕੀ ਸੀ ਜੀ ਅੱਜ। ਆਪਣੇ ਕਹਿੰਦੇ ਕਿ ਤੁਸੀਂ ਟਾਈਮ ਸਿਰ ਨਹੀਂ ਚੱਲਦੇ ਜੀ, ਲੇਟ ਚੱਲਦੇ ਹੋ ਜੀ, ਅਤੇ ਉਸ ਗੱਲ ਦੀ ਰੰਜਿਸ਼ ਲੈ ਕੇ ਇਹਨਾਂ ਨੂੰ ਮਾਰਕੁੱਟ ਕੀਤੀ ਹੈ ਜੀ। ਬੱਸ ਦੀ ਕੋਈ ਭੰਗ ਤੋੜ ਨਹੀਂ, ਬੱਸ ਸਾਰਿਆਂ ਨੇ ਆਪ ਗੱਡੀ ਆਦਿ ਪਜਾਈ ਹੈ ਜੀ। ਉਹਦਾ ਕੈਂਟਰ ਨਾਲ ਕੁਛ ਥੋੜ੍ਹੀ ਬਹੁਤ ਲੱਗੀ ਹੈ ਜੀ ਸਾਈਡ ਤੋਂ ਦੀ, ਉਹਦਾ ਇੱਕ ਹੀ ਸਾਈਡ ਮੇਰਾ ਟੁੱਟਿਆ ਜੀ, ਅਤੇ ਉਸ ਕਰਕੇ ਉਹ ਸਾਰੀ ਗੱਲ ਕਰ ਰਿਹਾ ਜੀ। ਮੇਰਾ ਹੀ ਟੁੱਟਿਆ ਕੋਈ, ਪਰ ਉਸੇ ਗੱਲ 'ਤੇ ਉਹ ਝੋਟਾ ਬਣਾ ਰਿਹਾ ਜੀ। ਚਾਰ ਬੰਦੇ ਨੇ ਜਿਹਨਾਂ ਦੇ ਨਾਮ ਤੋਂ FIR ਕਰਾਈ ਨੇ ਅਤੇ 4-5 ਅਣਪਛਾਤੇ ਨੇ ਜੀ। ਸਾਡੀ ਮੰਗ ਦੀ ਵਾਰ ਵੱਲੋਂ ਹੈਗੀ ਜੀ ਕਿ ਉਹਨਾਂ ਨੂੰ ਜਲਦ ਤੋਂ ਜਲਦ ਅਡਰੈਸ ਕੀਤਾ ਜਾਵੇ ਆਰੋਪੀਆਂ ਨੂੰ, ਉਹਨਾਂ ਦਾ ਸਖ਼ਤ ਤੋਂ ਸਖ਼ਤ ਹੋਰ ਕਾਰਵਾਈ ਕੀਤੀ ਜਾਵੇ ਜੀ। ਅਤੇ ਅਸੀਂ ਚਾਹਵਾਂਗੇ ਜੀ ਸਾਡੇ ਸਾਰੇ ਵਕੀਲ ਸਾਹਿਬਾਨ ਕੋਈ ਵੀ ਇਸ ਅਕਿਊਜ਼ ਦੇ ਵੱਲੋਂ ਪੇਸ਼ ਨਾ ਹੋਣ, ਚਾਹੇ ਫਾਜ਼ਿਲਕਾ ਬਾਰ ਹੈ, ਚਾਹੇ ਅਬੋਹਰ ਬਾਰ ਹੈ, ਜਲਾਲਾਬਾਰ ਹੋਣ, ਸਾਰਿਆਂ ਨੂੰ ਰਿਕੁਐਸਟ ਕਰਾਂਗੇ ਜੀ ਕਿ ਉਹ ਕੋਈ ਵੀ ਪੇਸ਼ ਨਾ ਹੋਣ ਇਸ ਕੇਸ ਦੇ ਵਿੱਚ।